ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਦਾ ਨਿਊ ਵੀਡੀਓ ਤੇ ਅੱਜ ਫੇਰ ਇੱਕ ਹੋਰ ਨਵੀਂ ਆਪਾਂ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆ ਗਏ ਨਵੀਂ ਇਨਫੋਰਮੇਸ਼ਨ ਕੀ ਆ ਉਹ ਤੁਹਾਨੂੰ ਫੇਰ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਜੀ ਤੇ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਇਦਾਂ ਦੀ ਹੋਰ ਅਪਡੇਟਸ ਜਾਣਨਾ ਚਾਹੁੰਦੇ ਹੋ ਵੀ ਕੀ ਕੀ ਹੋ ਰਿਹਾ ਵੀਜ਼ਾ ਨੂੰ ਲੈ ਕੇ ਕੀ ਕੀ ਹੋ ਰਿਹਾ ਨਵੀਆਂ ਅਪਡੇਟਸ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੇ ਤੁਸੀਂ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਜੇਕਰ ਤੁਹਾਡੇ ਕੋਈ ਦੋਸਤ ਮਿੱਤਰ ਕੋਈ ਸੰਗੀ ਸਾਥੀ ਕੋਈ ਰਿਸ਼ਤੇਦਾਰ ਯੂਕੇ ਕੈਨੇਡਾ ਯੂਐਸਏ ਸ਼ਾਇਨਿੰਗਨ ਹੋਰ ਕਿਸੇ ਯੂਰਪੀਅਨ ਕੰਟਰੀ ਵਿੱਚ ਜਾਣਾ ਚਾਹੁੰਦਾ ਆ ਤੇ ਉਹਦੀ ਇਨਫੋਰਮੇਸ਼ਨ ਲੈ ਲਈ ਸਾਡੇ ਚੈਨਲ ਨੂੰ ਜਰੂਰ ਰეკਮੈਂਡ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰਵਾ ਦਿਆ ਕਰੋ ਠੀਕ ਹੈ ਜੀ ਤਾਂ ਜੋ ਉਹਨਾਂ ਤੱਕ ਇੱਕ ਸਟੀਕ ਇਨਫੋਰਮੇਸ਼ਨ ਪਹੁੰਚ ਸਕੇ ਤੇ ਉਸ ਇਨਫੋਰਮੇਸ਼ਨ ਰਾਹੀਂ ਉਹ ਆਪਦੇ ਵੀਜ਼ੇ ਪ੍ਰਾਪਤ ਕਰ ਸਕਣ ਤੇ ਵੀਜ਼ਾ ਅਪਲਾਈ ਕਰ ਸਕਣ ਹੁਣ ਅੱਗੇ ਗੱਲ ਵੱਧੇ ਹੋਏ ਆਪਾਂ ਦੱਸਦੇ ਆ ਕਿ ਜਿਹੜਾ ਸੌਦੀ ਅਰੇਬੀਆ ਆ ਉਸ ਨੇ ਵੀਜ਼ਾ ਔਨ ਅਰਾਈਵਲ ਫੈਸਿਲਿਟੀ ਸ਼ੁਰੂ ਕਰਤੀ ਇੰਡੀਅਨਸ ਲਈ ਜਿਹਦੇ ਵਿੱਚ ਉਹਨਾਂ ਨੇ ਰਿਕੁਆਇਰਮੈਂਟਾਂ ਬਹੁਤ ਹੀ ਮਿਨੀਮਮ ਰੱਖਿਆ ਆ ਯਾਨੀ ਕਿ ਉਹ ਹੁਣ ਉਹ ਲੋਕਾਂ ਨੂੰ ਵੀਜ਼ੇ ਲੈਣ ਦੀ ਲੋੜ ਨਹੀਂ ਪੈਣੀ ਜਿਨ੍ਹਾਂ ਦੇ ਜਿਹੜੇ ਪਾਕਿਸਤਾਨੀ ਦੋਸਤਾਂ ਕੋਲ ਜਾਂ ਇੰਡੀਅਨ ਦੋਸਤਾਂ ਕੋਲ ਯੂਕੇ ਦਾ ਕੈਨੇਡਾ ਦਾ ਯੂ ਐਸ ਏ ਦਾ ਸ਼ੈਨਿਗਨ ਦਾ ਆਇਰਲੈਂਡ ਦਾ ਵੈਲਿਡ ਵੀਜ਼ਾ ਆ ਠੀਕ ਆ ਜੀ ਤੇ ਉਸ ਵੀਜ਼ੇ ਤੇ ਉਹ ਇੱਕ ਵਾਰੀ ਟਰੈਵਲ ਕਰ ਚੁੱਕਿਆ ਯਾਨੀ ਕਿ ਜੇ ਉਹ ਫਰਾਂਸ ਦਾ ਮੰਨ ਲਓ ਸ਼ੈਨਿਗਨ ਵੀਜ਼ਾ ਫਰਾਂਸ ਤੋਂ ਮਿਲਿਆ ਆਪਾਂ ਨੂੰ ਤੇ ਜੇਕਰ ਆਪਾਂ ਫਰਾਂਸ ਜਾ ਕੇ ਇੱਕ ਵਾਰੀ ਵਾਪਸ ਆ ਗਏ ਆ ਉੱਤੇ ਫਰਾਂਸ ਦੀ ਐਂਟਰੀ ਸਟੈਂਪ ਹੈਗੀ ਆ ਤਾਂ ਤੁਹਾਨੂੰ ਸਾਊਦੀ ਅਰਬਜਾਨ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਸਿੱਧਾ ਤੁਸੀਂ ਟਿਕਟ ਲਓ ਤੇ ਸਾਊਦੀ ਅਰਬ ਜਾ ਸਕਦੇ ਹੋ ਜੀ ਠੀਕ ਆ ਜੀ ਏ ਆ ਜੀ ਅੱਜ ਦੀ ਇਨਫੋਰਮੇਸ਼ਨ ਹੈ ਪਰ ਜੇ ਨਾ ਦੋਸਤਾਂ ਕੋਲ ਸ਼ੈਨਿਗਨ ਵੀਜ਼ਾ ਹੁੰਦਾ ਆ ਕਈ ਵਾਰੀ ਆਪਾਂ ਕਹਿ ਰਹੇ ਆ ਵੀ ਸਾਨੂੰ ਇੰਡੀਆ ਤੋਂ ਸਵਿਸ ਦੀ ਫਲਾਈਟ ਸਸਤੀ ਮਿਲਦੀ ਆ ਆਪਾਂ ਸਵਿਸ ਐਂਟਰੀ ਕਰ ਲੈਨੇ ਆ ਪਰ ਆਪਾਂ ਫਰਾਂਸ ਜਾਂਦੇ ਨਹੀਂ ਜਾਂ ਉੱਥੋਂ ਐਗਜ਼ਿਟ ਨਹੀਂ ਕਰਦੇ ਸਾਡੇ ਕੋ ਫਰਾਂਸ ਦਾ ਕੋਈ ਪੁਖਤਾ ਪ੍ਰੂਫ ਨਹੀਂ ਹੁੰਦਾ ਹਨਾ ਉਹ ਨਹੀਂ ਐਂਟਰ ਕਰ ਸਕਦੇ 사우디 ਅਰਬ ਉਸ ਵੀਜ਼ੇ ਦੇ ਉੱਤੇ ਠੀਕ ਹੈ ਜੀ ਜੇਕਰ ਤੁਹਾਡੇ ਕੋਲ ਯੂਕੇ ਦਾ ਵੀਜ਼ਾ ਆ ਤੁਸੀਂ ਯੂਕੇ ਇੱਕ ਵਾਰੀ ਜਾ ਆਏ ਹੋ ਕੈਨੇਡਾ ਦਾ ਵੀਜ਼ਾ ਕੈਨੇਡਾ ਇੱਕ ਵਾਰੀ ਜਾ ਆਏ ਹੋ ਯੂਐਸਏ ਦਾ ਵੀਜ਼ਾ ਯੂਐਸਏ ਇੱਕ ਵਾਰੀ ਜਾ ਆਏ ਹੋ ਆਇਰਲੈਂਡ ਦਾ ਵੀਜ਼ਾ ਉਹਨੂੰ ਯੂਜ਼ ਕਰ ਰਿਆ ਤੇ ਤੁਸੀਂ 사우디 ਅਰਬ ਬੇਚੀਜ਼ਕ ਵੀਜ਼ਾ অন ਅਰਾਈਵਲ ਜਾ ਕੇ ਲੈ ਸਕਦੇ ਹੋ ਇਹ ਸੀ ਅੱਜ ਦੀ ਇਨਫੋਰਮੇਸ਼ਨ ਕਿਉਂਕਿ ਬਹੁਤ ਸਾਰੇ ਉੱਥੇ ਦੋਸਤ ਮਿੱਤਰ ਮੱਕੇ ਮਦੀਨੇ ਜਾਂਦੇ ਆ ਜੀ ਤੇ ਉਹਨਾਂ ਨੂੰ ਵੀਜ਼ਾ ਲੈਣ ਲਈ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਸੀ ਇਸ ਲਈ ਉਹਨਾਂ ਨੇ ਇਹ ਫੈਸਿਲਿਟੀ ਸ਼ੁਰੂ ਕਰਤੀ ਇਹੀ ਚੀਜ਼ ਦੁਬਈ 'ਚ ਵੀ ਕਈ ਸਾਲ ਪਹਿਲਾਂ ਸ਼ੁਰੂ ਹੋਈ ਸੀ ਜਿਹੜੀ ਹੁਣ ਸਾਊਦੀ ਅਰਬ ਨੇ ਸ਼ੁਰੂ ਕੀਤੀ ਆ ਠੀਕ ਹੈ ਜੀ ਇਹ ਇਨਫੋਰਮੇਸ਼ਨ ਸੀ ਸਾਊਦੀ ਅਰਬ ਰਿਗਾਰਡਿੰਗ ਜੇਕਰ ਤੁਹਾਨੂੰ ਇਨਫੋਰਮੇਸ਼ਨ ਸਹੀ ਲੱਗੀ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਡੀਓ ਥੱਲੇ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਦੱਸ ਦਿਓ ਵੀ ਵੀਡੀਓ ਕਿਵੇਂ ਦੀਆਂ ਹੁੰਦੀਆਂ ਇਨਫੋਰਮੇਸ਼ਨਾਂ ਕਿਵੇਂ ਦੀਆਂ ਹੁੰਦੀਆਂ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਤੁਹਾਡੇ ਦੋਸਤਾਂ ਮਿੱਤਰਾਂ ਦਾ ਤੇ ਤੁਹਾਡਾ ਫਾਇਦਾ ਹੋ ਸਕੇ ਵੀਜ਼ੇ ਲੈਣ ਦੇ ਵਿੱਚ ਅਪਲਾਈ ਕਰਨ ਦੇ ਵਿੱਚ ਠੀਕ ਹੈ ਜੀ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਇੱਥੇ ਰਹੋ ਚਾਹੇ ਫੈਸਲਾਬਾਦ ਤੇ ਜਾਂਦੇ ਜਾਂਦੇ ਇੱਕ ਚੀਜ਼ ਹੋਰ ਇੱਕ ਬੇਨਤੀ ਇਹ ਹੈ ਜੀ ਸਾਡੇ ਇੰਸਟਾਗ੍ਰਾਮ ਆਈਡੀ ਨੂੰ ਵੀ ਜਰੂਰ ਫੋਲੋ ਕਰ ਲਿਓ ਕਿਉਂਕਿ ਸਾਡੇ ਕੋ ਫੋਨ ਨੰਬਰ ਨਹੀਂ ਹੈਗਾ ਤੁਸੀਂ ਇੰਸਟਾਗ੍ਰਾਮ ਥਰੂ ਸਾਨੂੰ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ